वो बेटियां जो अपने घर में दरिंदगी का शिकार होती हैं, वो वालिदैन जो सिर्फ उनको ये कहते रहते हैं कि बेटा तुमने अपना घर बसाना है, बर्दाश्त कर लो जुल्म, आज वो इन माँ बाप की हालत देख लें, उसके बाजू काटे गए, उसका सर टिंड कर दी गई, वो अपना घर बसाने के चक्कर च रही है कि मैं अपने घर ही रहना, लेकिन उस आदमी ने इतों तक नौबत बचाती है कि उसका गल कट दिता, ਸ਼ਾਰਾ ਕੱਟ ਦਿੱਤੀ ਆ, ਉਸਤਰੀਆਂ ਦੇ ਨਾਲ ਸਿਰ ਤੋਂ ਵਾਲ ਕੱਟ ਦਿੱਤੇ ਨੇ, ਫਿਰ ਉਹਦੇ ਬਾਜ਼ੂ ਕੱਟੇ ਨੇ। ਉਹ ਬੇਟੀਆਂ ਜੋ ਆਪਣੇ ਘਰ ਮੇ ਦਰਿੰਦਗੀ ਕਾ ਸ਼ਿਕਾਰ ਹੋਤੀ ਹੈ, ਹੈਵਾਨੀਅਤ ਕਾ ਸ਼ਿਕਾਰ ਹੋਤੀ ਹੈ, ਜ਼ੁਲਮ ਬਰਦਾਸ਼ਤ ਕਰਤੀ ਹੈ, ਔਰ ਮਾਂ ਬਾਪ ਕੋ ਕਾਲ ਕਰਕੇ ਬਤਾਤੀ ਹੈ ਕਿ ਹਮ ਲੋਗ ਇਸ ਹਾਲਤ ਮੇ ਹੈ, ਹਮੇ ਲੇ ਜਾਓ, ਲੇਕਿਨ ਵੋ ਵਾਲਿਦੈਨ ਜੋ ਸਿਰਫ ਉਨਕੋ ਯੇ ਕਹਤੇ ਰਹਤੇ ਹੈ ਕਿ ਬੇਟਾ ਤੁਮਨੇ ਆਪਣਾ ਘਰ ਬਸਾਨਾ ਹੈ, ਬਰਦਾਸ਼ਤ ਕਰ ਲੋ ਜ਼ੁਲਮ, ਆਜ ਵੋ ਇਨ ਮਾਂ ਬਾਪ ਕੀ ਹਾਲਤ ਦੇਖ ਲੇ, इनसे सबक हासिल कर ले कि बेटियों के साथ जो जुल्म होते हैं अगर उसके खिलाफ आवाज नहीं उठाएंगे तो आप लोग भी ये दिन देख सकते हैं। उस बच्ची जिसको आमना प्यार से बुलाया जाता था, कैसे उसके साथ हैवानियत इख्तियार की गई, उसके बाजू काटे गए, उसका सर टिंड कर दी गई, उसकी टांगे काटी गई, उसकी शारक काटी गई, किस कदर तकलीफ बर्दाश्त कर सकती है, और माँ बाप जिस तकलीफ में, इनका दर्द मैं नहीं आप बयान कर सकता, जिस तकलीफ में इस वक्त ये हैं। अफसोस से कहना पड़ रहा है कि हम लोग जिस मुल्क में रहते हैं ये इस्लामिक मुल्क है, लेकिन हमारी बेटियों के साथ, हमारी बहनों के साथ, उनकी इज्जतों के साथ खेला जाता है, फिर उनके मारने के बाद उन पर इल्जामात लगाए जाते हैं कि इसके नजायज ताल्लुकात थे, और नशा कर दी सी ताकि वो अपने डिफेंड में कुछ कही ना। मजबूर बाप और मजबूर माँ मेरे साथ मौजूद है, ਕਿੱਥੋਂ ਰਿਸ਼ਤਾ ਮਿਲ ਗਿਆ, ਕਿੰਜ ਕਰ ਲਿਆ, ਕੌਣ ਸੀ ਬੰਦਾ? ਬੰਦਾ ਜੀ ਇੱਥੋਂ ਦਾ ਸੀ, ਇਕੱਠੇ ਕੰਮ ਕਰਦੇ ਸਾਂ ਅਸੀਂ, ਮਜ਼ਦੂਰੀ ਕਰਦੇ ਸਾਂ। ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਨਾ ਮਸਲਾ ਆ ਅਤੇ ਉਹ ਕੰਮ ਕਰ ਲਾ, ਬੇਟੀ ਜਿਹੜੀ ਆ ਨਾ ਦੇ ਦੇ, ਭੱਠਾ ਹੈ ਉਹਨਾਂ ਦਾ, ਅਤੇ ਚਲੋ ਤੇਰੀ ਬੇਟੀ ਹੈ, ਮਾੜਾ ਬੰਦਾ ਹੈ ਤੂੰ, ਅਤੇ ਤੇਰੀ ਬੱਚੀ ਟੁੱਕਰ ਬੁਰਕੀ ਖਾਏਗੀ, ਸਕੂਨ ਦੀ ਜ਼ਿੰਦਗੀ ਗੁਜ਼ਰ ਜਾਏਗੀ। ਮੈਂ ਕਿਹਾ ਚਲੋ ਠੀਕ ਹੈ, ਮੈਂ ਵੀ ਮਾੜਾ ਗਰੀਬ ਆਦਮੀ ਹੈ, ਅਤੇ ਚਲੋ ਠੀਕ ਹੈ ਜਿਵੇਂ ਤੂੰ ਕਹਿੰਦਾ ਕਰ ਲੈਂਦੇ ਹਾਂ। ਉਹ ਬੱਚੀ ਦੀ ਸ਼ਾਦੀ ਕਰ ਦਿੱਤੀ, ਲੇਕਿਨ ਉਹਦੀ ਪਹਿਲੇ ਵੀ ਸ਼ਾਦੀ ਹੋਈ ਸੀ ਉਸ ਆਦਮੀ ਦੀ। ਉਹ ਨਹੀਂ ਦੱਸਿਆ ਸੀ ਉਹਨੇ? ਉਦੋਂ ਸਾਨੂੰ ਨਹੀਂ ਸੀ ਦੱਸਿਆ ਉਹਨੇ, ਠੀਕ ਹੈ, ਸਾਨੂੰ ਪਤਾ ਨਹੀਂ ਲੱਗਾ। ਸ਼ਾਦੀ ਜਿਹੜੀ ਕਰ ਲਈ ਹੈ, ਉੱਥੇ ਰਹਿੰਦੇ ਵੀ ਭੱਠੇ 'ਤੇ ਸੀ ਆਪਣੇ ਦੇ, ਉੱਥੋਂ ਆਏ ਨੇ, ਉੱਥੇ ਲੈ ਕੇ ਗਏ ਨੇ ਬੱਚੀ ਨੂੰ, ਬੇਟੀ ਨੂੰ, ਉੱਥੇ ਕੋਈ ਦੋ ਤਿੰਨ ਸਾਲ ਰਹੇ ਨੇ। ਉੱਥੋਂ ਰਹਿ ਕੇ ਭੱਠਾ ਉਹਨਾਂ ਦਾ ਨਿਜ਼ਾਮ ਖਰਾਬ ਹੋ ਗਿਆ, ਠੇਕੇ 'ਤੇ ਦੇ ਤਾ ਕਿਸੇ ਬੰਦੇ ਨੂੰ ਦੇ ਤਾ, ਉੱਥੋਂ ਨਿਕਲੇ ਨੇ, ਬਾਅਦ 'ਚ ਕਾਰੋਬਾਰ ਨਹੀਂ ਕਰਦਾ, ਬੱਚੇ ਵਿਚਾਰੇ ਭੁੱਖੇ ਭਾਣੇ, ਕਦੀ ਕਿਧਰੇ ਕਦੀ ਕਿਧਰੇ, ਉੱਥੋਂ ਘਰ ਚਲੇ ਗਏ ਨੇ, ਘਰ ਜਾ ਕੇ ਲੜਾਈਆਂ ਘੋਲ ਬਣ ਗਏ ਨੇ, ਬਣਾ ਕੇ ਲੜਾਈਆਂ ਘੋਲ, ਇੱਥੋਂ ਤੱਕ ਲਿਆਦਾ ਹੋਇਆ। ਮੇਰੀ ਬੇਟੀ ਨੂੰ ਕਤਲ ਕਰ ਦਿੱਤਾ, ਬੇਟੀ ਨੇ ਖਾਣ ਵਾਸਤੇ ਮੰਗਣੀ ਸੀ, ਮੰਗਦੀ ਸੀ, ਲੜਾਈ ਕਰਦਾ ਸੀ, ਕਿੱਥੋਂ ਲਿਆ ਕੇ ਦਿਆਂ, ਕੀ ਕਰਾਂ, ਬੱਚੇ ਭੁੱਖੇ। ਫੋਨ ਕੀਤਾ ਸੀ ਉਹਨੇ ਕਿ ਤੁਹਾਡੀ ਬੇਟੀ ਨੇ ਦੁਖੀ ਦਾਸਤਾਨ ਦੱਸੀ ਹੋਈ, ਕਿ ਦੱਸਿਆ ਕਿ ਮੈਂ ਬੜੀ ਤੰਗ ਆਏ ਦੇ ਕੋਲੋਂ, ਕਿਹਾ ਸੀ ਉਹਨੇ ਦਾਸਤਾਨ ਦੱਸਦੇ ਸੀ, ਕਿਉਂ ਨਹੀਂ ਸੀ ਲਿਆਉਂਦੇ? ਬੱਚਿਆਂ ਦੀ ਨਹੀਂ ਛੱਡਣਾ, ਇੱਥੇ ਆਉਂਦੀ ਸੀ, ਆਉਂਦੀ ਸੀ, ਆਉਂਦੀ, ਮੈਂ ਆਪਣੇ ਬੱਚੇ ਨਹੀਂ ਛੱਡਣੇ। ਅਸੀਂ ਕਿਹਾ ਪੁੱਤਰ ਜੇ ਤੇਰੇ, ਤੂੰ ਸਾਡੇ ਕੋਲ ਆ ਜਾ, ਇੱਥੇ ਬਹਿ ਜਾ ਸਾਡੇ ਕੋਲ ਆਣ ਕੇ, ਅਤੇ ਚਲੋ ਜੋ ਤੇਰੇ ਨਸੀਬਾਂ ਦਾ ਤੈਨੂੰ ਮਿਲੇਗਾ। ਉਹਨੇ ਕਿਹਾ ਨਹੀਂ, ਮੈਂ ਉੱਥੇ ਰਹਿਣਾ। ਉਹ ਆਪਣਾ ਘਰ ਵਸਾਉਣ ਦੇ ਚੱਕਰ 'ਚ ਰਹੀ ਹੈ ਕਿ ਮੈਂ ਆਪਣੇ ਘਰ ਹੀ ਰਹਿਣਾ, ਲੇਕਿਨ ਉਸ ਆਦਮੀ ਨੇ ਇੱਥੋਂ ਤੱਕ ਨੌਬਤ ਬਚਾਤੀ ਆ ਕਿ ਉਹਦਾ ਗਲ ਕੱਟ ਦਿੱਤਾ, ਸ਼ਾਰਾ ਕੱਟ ਦਿੱਤੀ ਆ, ਉਸਤਰੀਆਂ ਦੇ ਨਾਲ ਸਿਰ ਤੋਂ ਵਾਲ ਕੱਟ ਦਿੱਤੇ ਨੇ, ਫਿਰ ਉਹਦੇ ਬਾਜ਼ੂ ਕੱਟੇ ਨੇ, ਅਤੇ ਸਾਨੂੰ ਇਹ ਕਿ ਸਰ ਇਨਸਾਫ ਚਾਹੀਦਾ, ਜੋ ਉਹਦੇ ਨਾਲ ਜਿਵੇਂ ਜਿਵੇਂ ਸਾਡੀ ਬੇਟੀ ਨਾਲ ਕੀਤਾ
ਉਵੇਂ ਉਹਦੇ ਨਾਲ ਕੀਤਾ ਜਾਏ, ਲਿਹਾਜ਼ਾ ਸਜ਼ਾਏ ਮੌਤ ਹੋਵੇ ਤੇ ਫੇਰ ਇਲਜ਼ਾਮ ਲਾਉਂਦਾ ਪਿਆ ਥਾਣੇ ਬਹਿ ਕੇ ਕਿ ਕੁੜੀ ਦੇ ਨਜਾਇਜ਼ ਤਾਲੁਕ ਅਨਸਰ ਨਸ਼ਾ ਕਰਦੀ ਸੀ, ਪੁੱਠੀ ਸਿੱਧੀਆਂ ਗੱਲਾਂ ਕਰਦਾ ਪਿਆ। ਅੱਛਾ ਜੀ, ਉਹ ਇਸ ਤਰ੍ਹਾਂ ਕਰਦੀ ਸੀ ਨਾ, ਉਹਨੂੰ ਇਹ ਕੋਈ ਹੱਕ ਨਹੀਂ ਸੀ ਕਿ ਉਹਨੂੰ ਖਤਮ ਕਰ ਦਿੰਦਾ, ਉਹਨੂੰ ਮਾਰ ਦਿੰਦਾ। ਅਗਰ ਇਸ ਤਰ੍ਹਾਂ ਕਰਦੀ ਸੀ ਉਹਨੂੰ ਤਲਾਕ ਲਿਖ ਕੇ ਸਾਡੇ ਘਰ ਭੇਜ ਦਿੰਦਾ ਕਿ ਬਈ ਇਹ ਤੁਹਾਡੀ ਬੇਟੀ ਆ, ਮੇਰੇ ਨਹੀਂ ਵਾਰੇ 'ਚ ਮੇਰਾ ਨਹੀਂ ਨਿਜ਼ਾਮ ਚੱਲ ਸਕਦਾ ਤੇ ਇਹ ਕੰਮ ਉਹ ਨਾ ਕਰਦਾ। ਪੱਚੀ ਸਾਲ ਜਿਸ ਬੱਚੀ ਕੋ ਪਾਲਾ ਮਾਂ ਜੀ, ਸਾਰਾ ਤੋਂ ਲਾਡਲੀ ਸੀ। ਹਾਂ, ਬੜੀ ਲਾਡਲੀ ਮੇਰੀ ਧੀ ਸੀ। ਮੈਂ ਉਹਨਾਂ ਦੀ ਸਾਰੇ ਆਰਫੀ, ਮੈਂ ਆਰਫਾਂ ਦੀ ਨਹੀਂ ਸਾਂ। ਬੜੀ ਜਵਾਨ, ਬੜੀ ਸੋਹਣੀ, ਮੈਂ ਤੈਨੂੰ ਕੀ ਦੱਸਾਂ। ਮੈਂ ਤੇ ਬੜੀ ਲਾਡਾ ਦਾ ਲਾਭ ਪਾਈ। ਜੇ ਦੋ ਪੁੱਤ ਚਲੇ ਗਏ, ਤੀਰੀ ਧੀ ਚਲੀ ਗਈ, ਫਿਰ ਮੈਂ ਤੇ ਦੁਖਾਲੀ ਮੰਗ ਗਈ। ਲੋਕ ਜਿਹੜਾ ਹੁੰਦਾ ਸਬਰ ਕਰ, ਸਬਰ ਇੱਥੋਂ ਨਹੀਂ ਹੋਣਾ ਤਾਂ ਅੱਗੋਂ ਕਿਵੇਂ ਕਰਨਾ। ਜਿਵੇਂ ਧੀ ਦੀ ਹਾਲਤ ਵੇਖੀ ਹੈ, ਮੈਂ ਤਾਂ ਫੁੱਲਾਂ ਰੋਟੀ ਖਾਧੀ, ਪੰਜ ਛੇ ਕਿਲੋ ਮੈਂ ਚੌਲ ਪਾ ਦਿੱਤੇ, ਸਬਜ਼ੀਆਂ ਦੋ ਲੈ ਕੇ। ਮੇਰੀ ਧੀ ਨੇ ਕਿਹਾ ਕਿ ਅੱਜ ਰੱਜ ਕੇ ਰੋਟੀ ਖਾਧੀ ਹੈ ਮਾਂ। ਮੈਂ ਕਿਹਾ ਧੀਏ ਕੀ ਪਕਾਉਂਦੀ, ਮੈਂ ਅੱਜ ਰੱਜ ਕੇ ਰੋਟੀ ਮਾਣੀ। ਮੈਂ ਸ਼ੁਕਰ ਮੈਂ ਸਾਰਾ ਕੁਝ ਘਰੋਂ ਦਿੱਤਾ, ਥੋੜਾ ਥੋੜਾ ਚੌਲ ਦਿੱਤੇ ਤੇ ਫਿਰ ਮਿਰਚਾਂ ਨੂੰ ਘਰੋਂ ਥੋੜੀ ਦੋ ਹਾਂਡੀਆਂ ਪਾ ਕੇ ਦਿੱਤੀਆਂ ਤੇ ਫਿਰ ਪਾਲਕ ਲੈ ਕੇ ਦਿੱਤੀ, ਗੋਭੀ ਲੈ ਕੇ ਦਿੱਤੀ। ਤੇ ਮੇਰੀ ਧੀ ਆਉਂਦੀ ਹੈ, ਦੋ ਦਿਨ ਹੋ ਗਏ ਰੱਜ ਕੇ ਰੋਟੀ ਖਾਦੇ, ਬੱਚੇ ਵਾਲਿਆਂ ਨੇ ਹੋਏ ਟੁੱਟੀ ਜਿੱਤੀ ਪਾਟੇ ਲੜੇ ਪਾ ਗਏ। ਜ਼ਿਹਨ ਵਿੱਚ ਵੀ ਨਹੀਂ ਸੀ ਕਿ ਕੁੜੀ ਨੂੰ ਕੱਢ ਦੇਗਾ, ਵੱਢ ਦੇਗਾ। ਮੇਰੇ ਅੱਜਿਆਂ 'ਚ ਹੁੰਦੀ ਮੱਤੀ ਘਰ ਬਾਹਰ ਜਦੋਂ ਆਉਣਾ ਅਬੂ, ਮੈਂ ਆਖਣਾ ਬਹਿ ਜਾ ਨਾ ਜਾ ਬੱਚੇ ਲੈ ਕੇ। ਨਹੀਂ ਅਬੂ, ਮੈਂ ਘਰ ਜਾਣਾ, ਮੇਰੇ ਬੱਚੇ ਨਿਕਲ ਨਿਕਲ, ਮੇਰੀ ਸੋਨੇ ਵਰਗੀ ਧੀ ਲੋਕ ਛਿਬੀਆਂ ਦੀ। ਅਬੂ ਮੈਂ ਭੁੱਖ ਨਾ ਕਰਨ ਲੱਗਦੀ, ਇਹਨੇ ਬਾਉਣਾ ਮੋਟਰਸਾਈਕਲ ਛੱਡ, ਫਿਰ ਫੋਨ ਕਰਨਾ ਕੀ ਪਕਾ। ਤੇ ਉਹਦੇ ਤੇ ਨਾ ਯਕੀਨ ਕਰਨਾ, ਬੱਚਿਆਂ ਨੂੰ ਪੁੱਛਣਾ ਨਾ ਨੀ ਅੰਮੀ ਭੁੱਖੇ ਪੈ। ਤੇ ਉਹਨੇ ਆਖਣਾ ਨੀ ਫਲਾਣੀ ਸ਼ਾਹ ਪਕਾਈ, ਫਲਾਣੀ ਤੇ ਹੁਣ ਆ ਭੁੱਖੀ। ਤੇ ਜਠਾਣੀ ਆਉਂਦੀ ਮੇਰੇ ਲੋਕ ਰੋਟੀ ਖਾ ਲਾ, ਤਿੰਨ ਦਿਨ ਹੋ ਗਏ ਨਹੀਂ ਆਉਂਦੀ, ਅੱਲਾ ਸਬਰ ਦਿੱਤਾ ਮੈਂ ਨਹੀਂ ਖਾਣਾ। ਤੇ ਫਿਰ ਮਾਵਾਂ ਦੁੱਖ ਨਹੀਂ ਹੁੰਦੇ ਕਿ ਮੇਰੀ ਧੀ ਭੁੱਖਾ ਨਾ ਖਾਂਦੀ, ਮੈਂ ਬੱਚੇ ਨਹੀਂ ਛੱਡ। ਹੁਣ ਬੱਚੇ ਅੱਬੂ ਮੇਰੇ ਕੋਲ ਛੱਡ, ਮੇਰੀ ਸੋਨੇ ਵਰਗੀ ਧੀ ਚਾਰ ਪੁੱਤਰ, ਮੈਂ ਕਿੱਥੋਂ ਨਾ ਅੱਬੂ ਮੈਂ ਭੁੱਖਾਂ ਕੱਟ ਲਾ, ਮੈਂ ਬੱਚੇ ਨਹੀਂ ਛੱਡ। ਬੱਚੇ ਮੋਟੀਆਂ ਪੈਂਟਾਂ ਪਾਈ, ਫਿਰ ਕੋਈ ਹਾਲ ਹੀ ਕੋਈ। ਥਾਣੇ ਵਾਲੇ ਕੀ ਕਹਿੰਦੇ ਪਏ ਨੇ, ਬਾਕੀ ਜਿਹੜੇ ਮਾਮਲਾ ਹੈਗੇ ਨੇ ਇਲਜ਼ਾਮਾਤ ਲਾਉਂਦਾ ਪਿਆ, ਪੁਲਿਸ ਨੇ ਕੀ ਬਿਆਨ ਦਿੱਤਾ? ਅਸੀਂ ਉਸ ਦਿਨ ਦੇ ਗਏ ਨਹੀਂ ਪਰਤ ਕੇ, ਕੱਲ੍ਹ ਤੇ ਦਫਨਾਇਆ ਉਹਨੂੰ, ਠੀਕ ਹੈ, ਅਸੀਂ ਨਹੀਂ ਗਏ। ਉਸ ਤੋਂ ਬਾਅਦ ਜਦੋਂ ਦੇ ਉੱਥੋਂ ਪਲਾਜ਼ਾ ਮੁਲਾ ਕਰਵਾ ਕੇ ਲੈ ਕੇ ਆਏ ਹਾਂ, ਅਸੀਂ ਦੁਬਾਰਾ ਨਹੀਂ ਗਏ ਕਿਉਂਕਿ ਇੱਥੇ ਮਹਿਮਾਨ ਆਉਂਦੇ ਸਨ, ਬਹਿ ਫਾਤਿਆ ਦੇ ਬੈਠੇ ਹਾਂ ਅਤੇ ਅਜੇ ਕੱਲ੍ਹ ਦੀ ਗੱਲ ਹੈ, ਅਸੀਂ ਉੱਥੇ ਦੁਬਾਰਾ ਨਹੀਂ ਗਏ। ਧਮਕੀਆਂ ਨੇ ਉਹਦੇ ਵੱਲੋਂ? ਨਹੀਂ, ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਨਹੀਂ ਹੋਈ ਸਾਡੇ ਨਾਲ ਬਿਲਕੁਲ ਕਿਸੇ ਨੰਬਰ ਦੀ ਗੱਲ ਨਹੀਂ ਹੋਈ। ਕਿੰਨੇਵੇਂ ਨੰਬਰ ਵਾਲੀ ਧੀ ਸੀ ਇਹ? ਸੀ ਵੱਡਾ ਬੇਟਾ, ਉਸ ਤੋਂ ਛੋਟੀ ਬੇਟੀ ਸੀ, ਉਸ ਤੋਂ ਛੋਟੀ ਬੇਟੀ ਇਹ ਸੀ। ਉਸ ਤੋਂ ਪਹਿਲੇ ਦੋ ਬੇਟੇ ਵੀ ਫੋਤ ਹੋਏ ਨੇ? ਦੋ ਬੇਟੇ ਫੋਤ ਹੋਏ ਨੇ, ਫੋਤ ਹੋਏ। ਉਹ ਇੱਕ ਨੂੰ ਦਿਲ ਦਾ ਮਸਲਾ ਸੀ, ਉਹ ਫੋਤ ਹੋ ਗਿਆ। ਇੱਕ ਦੂਜਾ 15-16 ਸਾਲ ਦਾ ਸੀ, ਉਹ ਇੱਕ ਮਹੀਨੇ ਦੇ 20 ਦਿਨਾਂ ਬਾਅਦ ਉਹ ਫੋਤ ਹੋ ਗਿਆ। ਇਹ ਤਾਂ ਸਾਨੂੰ ਮਸਲਾ ਸਾਡੇ ਜ਼ਿਹਨ 'ਚ ਵੀ ਨਹੀਂ ਸੀ, ਜਿਹੜਾ ਇੱਕ ਬੰਦੇ ਨੇ, ਇਸ ਬੰਦੇ ਨੇ ਕੰਮ ਕਰ ਛੱਡਿਆ, ਸਾਨੂੰ ਪਤਾ ਵੀ ਨਹੀਂ ਸੀ, ਸਾਨੂੰ ਨਹੀਂ ਸੀ ਪਤਾ। ਫਿਰ ਇਹ ਸੀ
ਕੰਮ ਕੋ ਨਹੀਂ ਸੀ ਕਰਦਾ, ਵਿਹਲਾ ਨਹੀਂ, ਕੋਈ ਪਤਾ ਨਹੀਂ ਮੈਨੂੰ ਪਤਾ ਕਿ ਮੇਰੇ ਬੱਚੇ ਕਿੱਥੇ ਲੱਗੇ ਫਿਰਦੇ ਨੇ। ਜਿਹੜਾ ਪੱਠਾ ਸੀ ਉਹ ਕਿੱਧਰ ਗਿਆ? ਪੱਠਾ ਕਿਸੇ ਨੂੰ ਸਮਝ ਲੋ ਤੁਹਾਡੇ ਵਰਗੇ ਬੰਦੇ ਨੂੰ ਦੇ ਛੱਡਿਆ ਠੇਕੇ ਤੇ, ਉੱਥੋਂ ਇਕੱਠੇ ਪੈਸੇ ਲੈ ਕੇ ਖਾ ਛੱਡੇ ਨੇ ਪਿਓ ਨੇ ਭਰਾ ਨੇ ਸਾਰਿਆਂ, ਉਹ ਖਾ ਕੇ ਉਦੋਂ ਵਿਹਲੇ ਹੋ ਗਏ ਨੇ। ਹੁਣ ਇੱਥੋਂ ਤੱਕ ਨਹੀਂ ਸੀ ਕਿ ਮੈਂ ਮੋਬਾਈਲ 'ਚ ਪੈਸੇ ਵੀ ਪਾ ਲਵਾਂ, ਇੱਥੋਂ ਤੱਕ ਨਹੀਂ ਕਿ ਮੋਬਾਈਲ 'ਚ ਪੈਸੇ ਵੀ ਪਾ ਲਵਾਂ। ਭੁੱਖੀ ਵੀ ਰਹਿੰਦੀ ਰਹੀ? ਰਹਿੰਦੀ ਰਹੀ ਆ ਬਿਲਕੁਲ, ਧੀ ਭੁੱਖੀ ਰਹਿੰਦੀ ਰਹੀ ਆ, ਬੱਚੇ ਭੁੱਖੇ ਸੌਂਦੇ ਰਹੇ ਨੇ। ਇੱਕ ਦਿਨ ਅਸੀਂ ਗਏ ਹਾਂ, ਮੈਂ ਮੇਰੀ ਬੇਗਮ ਗਏ ਹਾਂ, ਬੱਚੇ ਭੁੱਖੇ ਬੈਠੇ, ਉਹਨਾਂ ਨੂੰ ਰੋਟੀ ਖਵਾਈ ਏ, ਰੋਟੀ ਖਵਾਈ, ਉਹਨਾਂ ਦਵਾਵਾਂ ਦਿੱਤੀਆਂ, ਨਾਨੀ ਤੇਰੀ ਮਿਹਰਬਾਨੀ ਤੋਂ ਆ ਗਈ ਅਸੀਂ ਰੋਟੀ ਖਾ ਲਈ ਏ। ਉਸ ਤਰ੍ਹਾਂ ਹੀ ਉਹਨੂੰ ਪਤਾ ਹੀ ਨਹੀਂ, ਸਾਰੀ ਦਿਹਾੜੀ ਵਿਹਲਾ, ਕੋਈ ਕੰਮ ਨਹੀਂ, ਕੋਈ ਕਾਰ ਨਹੀਂ, ਕੋਈ ਲੈਣਾ ਨਹੀਂ, ਇਹ ਨਹੀਂ, ਇਹ ਸਾਲ ਡੇਢ ਦੀ ਗੱਲ ਏ, ਠੀਕ ਏ, ਕੋਈ ਪਤਾ ਹੀ ਨਹੀਂ ਮੇਰੇ ਬੱਚੇ ਕਿੱਥੇ ਪਏ ਨੇ, ਕੀ ਕੋਈ ਚੀਜ਼ ਖਾਧੀ ਆ ਨਹੀਂ ਖਾਧੀ, ਕੋਈ ਕੰਮ ਦਾ ਪਤਾ ਨਹੀਂ, ਮੈਂ ਕੰਮ ਕਰਨਾ ਨਹੀਂ ਕਰਨਾ। ਇਸ ਦੌਰ ਦੇ ਵਿੱਚ ਕੰਮ ਕਰਨ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ, ਬੱਚੇ ਨਹੀਂ ਪਲਦੇ। ਉਹ ਇੱਕ ਆਦਮੀ ਇਹ ਵੇਖਿਆ ਕਿ ਜਿਹੜਾ ਕੰਮ ਦੇ ਲਾਗੇ ਕੰਮ ਕਰਨ ਦੇ ਪਾਸੇ ਜਾਂਦਾ ਹੀ, ਉਹ ਮੁੰਡਿਆਂ ਦਾ ਦੁੱਖ ਚਲੇ ਜਾਏਗਾ, ਇਹਦਾ ਦੁੱਖ ਨਹੀਂ ਜਾਏਗਾ, ਨਹੀਂ ਜਾਣਾ, ਜਿਵੇਂ ਉਹਨੇ ਕੀਤਾ ਨਾ ਇਹ ਨਹੀਂ ਜਾਣਾ, ਉਹਨੇ ਸਾਡੇ ਨਾਲ ਬਹੁਤ ਬੁਰਾ ਕੰਮ ਕੀਤਾ। ਤੁਹਾਨੂੰ ਦੱਸਿਆ, ਚਲੋ ਠੀਕ ਹੈ, ਉਹ ਆਉਂਦਾ ਨਾ ਜੀ ਇੰਜੇ ਬਿਆਨ ਕਰਦਾ, ਅਗਰ ਇਸ ਤਰ੍ਹਾਂ ਦੀਆਂ ਧੀਆਂ ਪੈਣਾ, ਚਲੋ ਜੋ ਵੀ ਆ, ਸਾਨੂੰ ਕਰਦਾ, ਸਾਨੂੰ ਆਉਂਦਾ ਕਿ ਭਾਈ ਆ ਲਓ ਫੜੋ ਕਾ, ਮੈਂ ਤਲਾਕ ਦੇ ਦਿੰਦਾ ਵਾਂ, ਇਹਨੂੰ ਆਪਣੇ ਘਰ ਬਾ ਲਵੋ, ਇੰਜ ਨਾ ਕਰਦਾ ਜੋ ਕੀਤਾ ਉਹਨੇ। ਸੋਚ ਕਹਿਣਾ ਪੜ ਰਿਹਾ ਕਿ ਅਭੀ ਵੀ ਇਸ ਮਾਸ਼ਰੇ ਮੇਂ ਇਸ ਤਰ੍ਹਾਂ ਕੇ ਹੈਵਾਨ ਰਹਤੇ ਹੈ,